ਉਸ ਪਰਮਾਤਮਾ ਦੀ ਗੁਰਬਾਨੀ ਵੀ ਇਹ ਗੱਲ ਕਹਿੰਦੀ ਆ ਸਾਬਤ ਸੂਰਤ ਰੱਬ ਦੀ ਭੰਨੇ ਬਈ ਮੈਂ ਸਿੱਖੀ ਕਿ ਕਿਸ ਕੋਈ ਜਥੇਦਾਰ ਨੇ ਥੋੜੇ ਬਖਸ਼ੇ ਸਿੱਖੀ ਤੇ ਗੁਰੂ ਦੀ ਬਖਸ਼ੀ ਹੋਈ ਹੈ ਕਿਉਂਕਿ ਪਰਸਨਲ ਇੰਡੀਵਿਜੂਅਲੀ ਟੌਰ ਤੇ ਜਿੱਥੇ ਮਰਜ਼ੀ ਜਾ ਕੇ ਖੇ ਖਾਂਦਾ ਜੋ ਮਰਜ਼ੀ ਕਰਦਾ ਤੁਹਾਨੂੰ ਕੋਈ ਨਹੀਂ ਸੀ ਹੁਣ ਛੋਟੇ ਸਾਹਿਬ ਜੀ ਆਦਿਆਂ ਨੂੰ ਜਦੋਂ ਨੀਆਂ ਦੇ ਵਿੱਚ ਖੜਾ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਤੇ ਇਹੀ ਗੱਲ ਕਹੀ ਸੀ ਕਿ ਤੁਸੀਂ ਆਪਣਾ ਧਰਮ ਪਿਆ ਕੇ ਲਿਓ ਹੁਣ ਧਰਮ ਕੀ ਸੀ ਭਈ ਆਪਣੇ ਸਰੂਪ ਨੂੰ ਤਿਆਗ ਦਿਓ ਤੁਸੀਂ ਇਹ ਕੋਈ ਨਾਰਮਲ ਘਟਨਾ ਨਹੀਂ ਹੈ ਅਗਰ ਦੇਖਿਆ ਜਾਏ بڑی ਸਾਜਿਸ਼ ਦੇ ਤਹਿਤ ਉਸਨੇ ਪੂਰੀ ਸਿੱਖੋਂ ਨੂੰ ਵੰਗਾ ਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਪੁਰ ਦੇ ਸਿੰਘ ਨਾ ਟੀਵੀ ਨੂੰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਤੁਹਾਡਾ ਆਪਣਾ ਪੁਸ਼ਪਿੰਦਰ ਸਿੰਘ ਜਮੂ ਅੱਜ ਤੁਹਾਨੂੰ ਅਸੀਂ ਜਿਹੜੇ ਕੁਝ ਦਿਨਾਂ ਤੋਂ ਪਹਿਲਾਂ ਕੋਈ ਇੱਕ ਰਾਜਸਥਾਨ ਦੇ ਅਨੂਪਗਰ ਦੇ ਇਲਾਕੇ ਦੇ ਵਿੱਚ ਤ੍ਰਿੰਦਰ ਸਿੰਘ ਦੇ ਨਾਮ ਦਾ ਇੱਕ ਮਨੁੱਖ ਜੋ ਲਾਈਵ ਹੋ ਕੇ ਕਿਸ ਘਟ ਰਿਹਾ ਹੈ ਉਸ ਸਬੰਧ ਵਿੱਚ ਅਸੀਂ ਜੋ ਇੱਥੇ ਜੰਮੂ ਕਸ਼ਮੀਰ ਦੀ ਸੰਗਤਾਂ ਦੇ ਨਾਲ ਕਿਉਂਕਿ ਸਿੱਖਾਂ ਦੇ ਇਸ ਦੇ ਨਾਲ ਮਨ ਜਿਹੜਾ ਬੜੀ ਠੇਸ ਪੁੱਜੀ ਹੈ ਉਸ ਮਨ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਚਿੱਠੀਆਂ ਪੱਤਰ ਬੜੇ ਗਏ ਨੇ ਸਨੇਹੇ ਮੈਸੇਜ ਦਿੱਤੇ ਗਏ ਨੇ ਪਰ ਅਕਾਲ ਤਖਤ ਵੱਲੋਂ ਵੀ ਅਜੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੋ ਤੁਹਾਨੂੰ ਜੰਮੂ ਕਸ਼ਮੀਰ ਦੇ ਜਿਹੜੇ ਇੱਥੋਂ ਦੇ ਪਤਵੰਤੇ ਸੱਜਣ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਿੱਖਾਂ ਦੀ ਕੇਸਾਂ ਦੇ ਨਾਲ ਬੜੀ ਸਾਂਝ ਹੈ ਕਿ ਇਸ ਸਿੱਖ ਕੌਮ 'ਚ ਬੜੀ ਮਹੱਤਤਾ ਰੱਖਦੇ ਨੇ ਤੇ ਇਹਨਾਂ ਵੀਰਾਂ ਕੋਲੋਂ ਸਵਾਲ ਕਰਾਂਗੇ ਹੁਣੇ ਤੁਹਾਨੂੰ ਜੋੜਦੇ ਹਾਂ ਨਾਲ ਜੀ ਸਦਾ ਗੁਰਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘਨਾਦ ਟੀਵੀ ਚੈਨਲ ਯੂਕੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਐਸ ਵਕਤ ਜਿਹੜਾ ਮੁੱਦਾ ਹੈ ਜੋ ਪੂਰੇ ਸੰਸਾਰ ਭਰ 'ਚ ਬੜਾ ਸਿੱਖਾਂ ਦੇ ਹਿਰਦੇ ਜਿਹੜੇ ਨੇ ਬਲੁੰਦਰੇ ਗਏ ਨੇ ਉਹ ਹੈ ਜਿਹੜਾ ਅਨੂਬ ਕਰਦੀ ਧਰਤੀ ਰਾਜਸਥਾਨ ਵਿਖੇ ਨੌਜਵਾਨ ਨੇ ਇੱਕ ਵਾਲ ਕੱਟੇ ਲਾਈਵ ਹੋ ਕੇ ਉਸ ਸਮਾਂ ਦੇ ਤੁਹਾਨੂੰ ਸਵਾਲ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਵਾਸਤੇ ਕੇਸ ਕਿੰਨੇ ਜ਼ਰੂਰੀ ਹਨ ਜੀ ਦੇਖੋ ਵੀਰ ਜੀ ਕੇਸ ਗੁਰੂ ਸਾਹਿਬ ਦੀ ਬਖਸ਼ੀ ਹੋਈ ਇੱਕ ਮੋਹਰ ਹੈ ਪਰਮਾਤਮਾ ਨੇ ਇਨਸਾਨ ਨੂੰ ਸਭ ਤੋਂ ਸੁਰਤ ਬਣਾ ਕੇ ਇਸ ਸੰਸਾਰ ਦੇ ਵਿੱਚ ਭੇਜਿਆ ਕੋਈ ਅਗਰ ਕੇਸ ਕੱਟਦਾ ਤੇ ਆਪਣੀ ਮਰਜ਼ੀ ਨਾਲ ਕੱਟਦਾ ਉਸ ਪਰਮਾਤਮਾ ਦੀ ਗੁਰਬਾਣੀ ਵੀ ਇਹ ਗੱਲ ਕਹਿੰਦੀ ਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਔਰ ਸਾਇੰਟੀਫਿਕ ਤਰੀਕੇ ਨਾਲ ਵੀ ਦੇਖਿਆ ਜਾਵੇ ਤੇ ਕੇਸਾਂ ਦੀ ਇੱਕ ਸ਼ਰੀਰ ਦੇ ਵਿੱਚ ਇੱਕ ਬੜੀ ਇੰਪੋਰਟੈਂਸ ਹੈ ਬੜੀ ਅਹਿਮੀਅਤ ਹੈ ਹੁਣ ਗੁਰੂ ਦੀ ਬਖਸ਼ੀ ਹੋਈ ਸਿੱਖੀ ਨੂੰ ਕੋਈ ਇਸ ਤਰੀਕੇ ਦੇ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਕੱਟੇ ਤੇ ਇਹ ਤਰਕ ਦਵੇ ਕਿ ਜੀ ਇਹ ਜਥੇਦਾਰ ਨੂੰ ਕਿ ਸੰਭਾਲੋ ਆਪਣੀ ਸਿੱਖੀ ਭਈ ਸਿੱਖੀ ਕੇਸ ਕੋਈ ਜਥੇਦਾਰ ਨੇ ਥੋੜੇ ਬਖਸ਼ੇਨ ਸੇਖੀ ਤੇ ਗੁਰੂ ਦੀ ਬਖਸ਼ੀ ਹੋਈ ਏ ਉਸ ਗੁਰੂ ਦੀ ਜਿਸ ਨੇ ਆਪਣਾ ਸਾਰਾ ਸਰਬੰਸਵਾਰ ਦਿੱਤਾ ਜਿਸ ਨੇ ਸਾਡੇ ਤੇ ਭਰੋਸਾ ਕੀਤਾ ਸੀ ਆਪਣੇ ਚਾਰ ਸਾਹਿਬਜ਼ਾਦੇ ਵਾਰ ਕੇ ਕਿ ਇਨ ਪੁੱਤਰਨ ਕੇ ਸਿਸ ਪਰ ਵਾਰ ਦੀਏ ਸੁਤਚਾਰ ਚਾਰ ਮੂਏ ਤੋਕਿਆ ਪਿਆ ਜੀਵਤ ਕਈ ਹਜ਼ਾਰ ਸਾਡੇ ਵਿੱਚ ਹੁਣ ਆਪਣੇ ਸਾਹਿਬਜ਼ਾਦਿਆਂ ਦੇ ਰਿਦਾਰ ਕੀਤੇ ਸਨ ਤੇ ਜੇ ਇਹੋ ਜੇ ਗੁਰੂ ਨੂੰ ਪਤਾ ਹੁੰਦਾ ਕਿ ਇਹੋ ਜੇ ਲਾਂਤੀ ਜੜੇ ਨੇ ਉਹ ਮੈਂ ਇਹਨਾਂ ਦੇ ਪ੍ਰਥਾਏ ਇਹ ਗੱਲ ਕਹਿ ਰਹੇ ਹਾਂ ਤੇ ਸ਼ਾਇਦ ਗੁਰੂ ਸਾਹਿਬ ਵੀ ਇਹ ਗੱਲ ਕਹਿਣ ਤੋਂ ਪਹਿਲੇ ਸੋਚਦੇ ਤੇ ਮੈਂ ਤਾਂ ਕਹਿੰਦਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਜਾਂ ਕੀਤੀ ਜਾਵੇ ਉਤਨੀ ਥੋੜੀ ਹੈ ਇਹ ਲਣਤਾ ਪਾਣ ਵਾਲੀ ਗੱਲ ਹੈ ਇਹ ਉਸਨੇ ਇਹ ਘਟਨਾ ਕਰਕੇ ਕੋਈ ਉਸਨੇ ਆਪਣਾ ਨਾਮ ਨਾ ਨਹੀਂ ਖਟਿਆ ਬਲਕਿ ਰਹਿੰਦੀ ਦੁਨੀਆ ਤੱਕ ਜਿੰਨੀ ਦੇਰ ਤੱਕ ਉਹ ਇਸ ਦੁਨੀਆ ਦੇ ਵਿੱਚ ਰਹੇਗਾ ਜ਼ਿੰਦਾ ਉਹਨੂੰ ਲਣਤਾ ਹੀ ਪੈਂਦੀਆਂ ਰਹਿਣਗੀਆਂ ਇਸ ਸੇ ਵੀ ਪੈਣਗੀਆਂ ਤੇ ਉਸ ਗੁਰੂ ਦੇ ਦਰਬਾਰ ਦੇ ਵਿੱਚ ਵੀ ਉਸਨੂੰ ਲਣਤਾ ਪੈਣਗੀਆਂ ਇਹ ਸਿੱਖੀ ਕੋਈ ਕਿਸੇ ਜਥੇਦਾਰ ਦੀ ਜਾਂ ਕਿਸੇ ਬਾਬੇ ਦੀ ਜਾਂ ਕਿਸੇ ਵਿਅਕਤੀ ਦੀ ਵਿਸ਼ੇਸ਼ ਦੀ ਬਖਸ਼ੀ ਹੋਈ ਨਹੀਂ ਹੈ ਇਹ ਗੁਰੂ ਦੀ ਬਖਸ਼ੀ ਹੋਈ ਸਿੱਖੀ ਹੈ ਇਹ ਕੇਸ ਇਤਿਹਾਸ ਵਿੱਚ ਕਿੰਨੀ ਕੁ ਜ਼ਰੂਰੀ ਨੇ ਜਿਹੜਾ ਇਤਿਹਾਸ ਦਾ ਕੋਈ ਐਸਾ ਪੱਖ ਹੈ ਦੇਖੋ ਮੈਂ ਉਹੀ ਅਰਜ ਕਰ ਰਿਹਾ ਹਾਂ ਕਿ ਭਾਈ ਤਾਰੂ ਸਿੰਘ ਜੀ ਨੇ ਖੇਸਾਂ ਦੇ ਬਦਲੇ ਆਪਣਾ ਖੋਪੜਾ ਉਤਰਵਾ ਲਿਆ ਜਿੰਨੀਆਂ ਸਾਡੀਆਂ ਕੁਰਬਾਨੀਆਂ ਹੋਈਆਂ ਇਹ ਕੇਸਾਂ ਸਵਾਸਾਂ ਸੰਗੀ ਨਿਭਈਆਂ ਨਾ ਹੁਣ ਛੋਟੇ ਸਹਬਜ਼ਾਦਿਆਂ ਨੂੰ ਜਦੋਂ ਨੀਹਾਂ ਦੇ ਵਿੱਚ ਖੜਾ ਕੀਤਾ ਗਿਆ ਤੇ ਉਹਨਾਂ ਨੂੰ ਵੀ ਤੇਹੀ ਗੱਲ ਕਹੀ ਸੀ ਕਿ ਤੁਸੀਂ ਆਪਣਾ ਧਰਮ ਤਿਆਗ ਦਿਓ ਹੁਣ ਧਰਮ ਕੀ ਸੀ ਭਈ ਆਪਣੇ ਸਰੂਪ ਨੂੰ ਤਿਆਗ ਦਿਓ ਤੁਸੀਂ ਤੇ ਉਹਨਾਂ ਨੇ 5 7 ਤੇ 9 ਸਾਲ ਦੀਆਂ ਜਿੰਦਾਂ ਨੇ ਅਗਰ ਜਿਉਂਦਾ ਨੀਆਂ ਦੇ ਵਿੱਚ ਇਨਕੇ ਸ਼ਹੀਦ ਹੋ ਜਾਣਾ ਪ੍ਰਵਾਨ ਕਰ ਲਿਆ ਭਾਈ ਤਾਰੂ ਸਿੰਘ ਜੀ ਨੇ ਰੰਬੀ ਦੀ ਤੇਜ ਧਾਰ ਦੇ ਨਾਲ ਆਪਣੀ ਖੋਪੜ ਉਤਰਵਾਣਾ ਪ੍ਰਵਾਨ ਕਰ ਲਿਆ ਤੇ ਫਿਰ ਇਹ ਲੋਕੀ ਇਸ ਤਰੀਕੇ ਦੇ ਨਾਲ ਆਣ ਕੇ ਫੇਸਬੁੱਕ ਤੇ ਲਾਈਵ ਹੋ ਕੇ ਗੁਰੂ ਦੀ ਸਿੱਖੀ ਦਾ ਅਪਮਾਨ ਕਰਨਗੇ ਤੇ ਮੈਂ ਸਮਝਦਾ ਕਿ ਫਿਰ ਇਹੋ ਜੇ ਲੋਕਾਂ ਨੂੰ ਲਾਣਤ ਹੈ ਤੇ ਇਹਨਾਂ ਦਾ ਸਮਾਜਿਕ ਬਾਈਕਾਟ ਤੇ ਹੋਣਾ ਹੋਣਾ ਚਾਹੀਦਾ ਬਲਕਿ ਇਹਨਾਂ ਦਾ ਟੋਟਲੀ ਜੋ ਹਰ ਕਮਿਊਨਿਟੀ ਹਰ ਜਗ੍ਹਾ ਹਰ ਸਟੇਟ ਦੇ ਵਿੱਚ ਇਹਨਾਂ ਦੇ ਖਿਲਾਫ ਜੜੇ ਨੇ ਉਹ ਪਰਚੇ ਦਰਜ ਹੋਣੇ ਚਾਹੀਦੇ ਨੇ 295 ਇਹ ਧਾਰਾ ਨਾਲ ਲਗਣੀ ਚਾਹੀਦੀ ਹੈ ਕਿਉਂਕਿ ਪਰਸਨਲੀ ਇੰਡੀਵਿਜੂਅਲੀ ਤੌਰ ਤੇ ਜਿੱਥੇ ਮਰਜ਼ੀ ਜਾ ਕੇ ਖੇ ਖਾਂਦਾ ਜੋ ਮਰਜ਼ੀ ਕਰਦਾ ਸਾਨੂੰ ਕੋਈ ਨਹੀਂ ਸੀ ਪਰੰਤੂ ਫੇਸਬੁਕ ਤੇ ਲਾਈਵ ਹੋ ਕੇ ਉਸ ਨੇ ਸਿਕ ਸੈਂਟੀਮੈਂਟਸ ਭਾਵਨਾਵਾਂ ਨੂੰ ਜੜਾ ਉਹ ਠੇਸ ਪਹੁੰਚਾਈ ਹੈ ਤੁਹਾਨੂੰ ਪਤਾ ਤੁਸੀਂ ਪ੍ਰਚਾਰਕ ਹੋ ਗੁਰ ਇਤਿਹਾਸ ਦੇ ਨਾਲ ਜੁੜੀ ਹੋਈ ਦਸਵੇਂ ਪਾਤਸ਼ਾਹ ਦੇ ਨਾਲ ਜੁੜੀ ਹੋਈ ਕੇਸਾਂ ਦੀ ਜੁੜੀ ਪੀਰ ਬੁੱਧੂ ਛਾਵਲੀਏ ਉਹ ਵਾਰਤਾ ਕਿਸਤਾਂ ਦੀ ਹੈ ਜੋ ਸਿੱਖਾਂ ਦੇ ਵਿੱਚ ਕੇ ਸਾਨੂੰ ਪਿਆਰ ਜਿਤਾਉਂਦੀ ਹੈ ਦੇਖੋ ਗੁਰੂ ਸਾਹਿਬ ਪੀਰ ਬੁੱਧੂ ਸ਼ਾਹ ਜੀ ਜਿਨ੍ਹਾਂ ਦਾ ਇੱਕ ਇਤਿਹਾਸਕ ਪੱਖ ਹੈ ਉਹਨਾਂ ਨੇ ਗੁਰੂ ਸਾਹਿਬ ਨਾਲ ਕਿਸ ਤਰ੍ਹਾਂ ਆਪਣੇ ਪਰਿਵਾਰ ਦੇ ਜੜੇ ਸਨ ਉਹ ਜਿਗਰ ਦੇ ਜੜੇ ਸਨ ਮੈਂਬਰ ਜੜੇ ਉਹਨਾਂ ਨੇ ਵਾਰੇ ਤੇ ਪੀਰ ਬੁੱਧੂ ਸ਼ਾਹ ਜੀ ਜਦੋਂ ਗੁਰੂ ਸਾਹਿਬ ਦੇ ਕੋਲ ਆਉਂਦੇ ਤਾਂ ਗੁਰੂ ਸਾਹਿਬ ਕੇਸਾਂ ਨੂੰ ਕੰਗਾ ਕਰ ਰਹੇ ਨੇ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਇਹ ਗੱਲ ਕਹੀ ਪਈ ਮੰਗੋ ਕੀ ਮੰਗਦੇ ਹੋ ਤੇ ਉਹਨਾਂ ਨੇ ਕਿਹਾ ਪਾਤਸ਼ਾਹ ਜ ਜਿਹੜਾ ਤੁਸ ਕੇਸਾਂ ਸੰਗ ਜਿਹੜਾ ਤੁਹਾਡਾ ਕੰਗਾ ਜੜੇ ਇਸ ਦੇ ਵਿੱਚ ਕੇਸ ਨੇ ਇਹ ਕੰਗਾ ਮੈਨੂੰ ਕਿਸ ਨੂੰ ਸਮੇਤ ਦੇ ਦਿਓ ਤਾਂ ਗੁਰੂ ਸਾਹਿਬ ਨੇ ਉਹ ਪ੍ਰੇਮ ਭੇਟਾ ਵਜੂ ਉਹਨਾਂ ਨੂੰ ਦਿੱਤੀ ਭਲੇ ਇਤਨੀ ਇੰਪੋਰਟੈਂਸ ਹੈ ਤੇ ਉਹ ਵਿਅਕਤੀ ਹੈਰਾਨ ਕੀ ਹੈ ਕਿ ਲੌਜੀਕ ਕੀ ਦੇ ਰਿਹਾ ਹੈ ਦਲੀਲ ਕੀ ਦੇ ਰਿਹਾ ਹੈ ਕਿ ਜੀ ਇਹ ਜਥੇਦਾਰਾਂ ਦੀ ਸਿੱਖੀ ਹੈ ਜਥੇਦਾਰ ਤੂੰ ਸਿੱਖ ਜਥੇਦਾਰ ਦਾ ਸਹੀਂ ਜਾਂ ਗੁਰੂ ਦਾ ਸੀ ਤੂੰ ਕਿਸ ਦਾ ਸਿੱਖ ਅਸੀਂ ਇਹ ਚੀਜ਼ ਕੋਈ ਦਲੀਲ ਮੰਨਣ ਵਾਲੀ ਹੈ ਸਿਰਫ ਇਹ ਚੀਜ਼ ਸੀ ਕਿ ਭਈ ਉਸਨੇ ਸਿੱਖੀ ਨੂੰ ਤਿਆਗਣਾ ਸੀ ਉਸਨੇ ਇੱਕ ਬਹਾਨਾ ਲੱਭਿਆ ਤੇ ਉਹ ਬਹਾਨਾ ਉਸਨੇ ਇਹ ਰੱਖਿਆ ਕਿ ਜੀ ਜ਼ਥੇਦਾਰ ਆ ਕਰਦੇ ਨੇ ਫਲਾਣਾ ਇਹ ਕਰਦਾ ਡੇਰੇਦਾਰ ਇਹ ਕਰਦਾ ਦੂਜਾ ਇਹ ਕਰਦਾ ਤੇ ਮੈਂ ਇਸ ਸਿੱਖੀ ਨੂੰ ਤਿਆਗ ਰਿਹਾ ਭਈ ਸਿੱਖੀ ਤੇ ਗੁਰੂ ਦੀ ਬਖਸ਼ੀ ਹੋਈ ਮੋਰ ਹੈ ਕਿ ਉਹਨੂੰ ਗੁਰੂ ਨਾਨਕ ਸਾਹਿਬ ਕੋ ਨਹੀਂ ਦਿਸੇ ਉਹਨੂੰ ਗੁਰਨਾਨਕ ਸਾਹਿਬ ਨੂੰ ਕਿਉਂ ਨਹੀਂ ਦਿਸੇ ਕਲਗੀਧਰ ਪਾਤਸ਼ਾਹ ਕਿਉਂ ਨਹੀਂ ਦਿਸੇ ਮੈਂ ਉਹ ਹੀ ਅਰਜ਼ ਕੀਤੀ ਹੈ ਚਾਰ ਸਹਬਜਾ ਦੇ ਕਿਉਂ ਨਹੀਂ ਦਿਸੇ ਭਾਈ ਤਾਰੂ ਸਿੰਘ ਜੀ ਕਿਉਂ ਨਹੀਂ ਦਿਸੇ ਸੁਭੇਗ ਸਿੰਘ ਸ਼ਹਾਬਾਦ ਸਿੰਘ ਕਿਉਂ ਨਹੀਂ ਦਿਸੇ ਜਿਹੜੇ ਚ ਰਖੜੀਆਂ ਦੇ ਉੱਤੇ ਚੜੇ ਭਾਈ ਮਣੀ ਸਿੰਘ ਜੀ ਵਰਗੇ ਕਿਉਂ ਨਹੀਂ ਦਿਸੇ ਉਹਨੇ ਕਿਉਂ ਨਹੀਂ ਭਾਈ ਲਖਮਣ ਸਿੰਘ ਧਾਰੋਵਾਲ ਵਰਗੇ ਜਿਹੜੇ ਜੰਡ ਨਾਲ ਬਣ ਕੇ ਜਿਉਂਦੇ ਸਾੜੇ ਗਏ ਮਸੰਦਾ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਹ ਕਿਉਂ ਨਹੀਂ ਦਿਸੇ ਉਸ ਨੂੰ ਉਹ ਪੱਖ ਕਿਉਂ ਲੱਭਾ ਜਿਹੜਾ ਕਮਜ਼ੋਰ ਪੱਖ ਸੀ ਉਸ ਚੜ੍ਹਦੀ ਕਲਾ ਦਾ ਪੱਖ ਕਿਉਂ ਨਹੀਂ ਦੇਖਿਆ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਖੜਾ ਕਰਦਾ ਔਰ ਮੈਂ ਇਹ ਗੱਲ ਕਹਿਣਾ ਕਿ ਉਸ ਨੂੰ ਬਾਣੀ ਦਾ ਵੀ ਪੱਖ ਹੈ ਕਹਿੰਦੇ ਅਗਾਹ ਕੁਤਰਾਂ ਪਿੱਛਾ ਫੇਰਨਾ ਪਿੱਛਾ ਫੇਰਨਾ ਮੋਢਲਾ ਨਾਨਕ ਸਿੰਘੇ ਵੇਹਾਵਾਰ ਬਹੁੜ ਨਾ ਹੋਈ ਜੰਗਮੜਾ ਤੇ ਇਹ ਲੋਕੀ ਅਗਾਹ ਤੁਰਨ ਦੇ ਬਜਾਏ ਕੋਮ ਨੂੰ ਕਿਹੜੀ ਦਿਸ਼ਾ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਕਿਹੜਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਜਿਸ ਕਰਕੇ ਕੋਮ ਨੂੰ ਢਾਹ ਲੱਗ ਰਹੀ ਹੈ ਇਹ ਗੁਰਬਾਣੀ ਵਿੱਚ ਕਿੱਥੇ ਲਿਖਿਆ ਹੋਇਆ ਗੁਰਬਾਣੀ ਦੇ ਇਹ ਗੱਲ ਕਹਿੰਦੀ ਜੇ ਤੁਸੀਂ ਗੁਰਬਾਣੀ ਦੀ ਗੱਲ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਕਰਦੇ ਹੋ ਤੇ ਗੁਰਬਾਣੀ ਤੇ ਇਹ ਗੱਲ ਕਹਿੰਦੀ ਸਬਦ ਸੂਰਤ ਰੱਬ ਦੀ ਭੰਨੇ ਬੇਈਮਾਨ ਭਾਈ ਤੁਸੀਂ ਤੇ ਉਸ ਕੁਦਰਤ ਤੇ ਇਸ ਬਖਸ਼ੇ ਹੋਏ ਸਰੂਪ ਦੇ ਨਾਲ ਛੇੜਛਾੜ ਕਰ ਰਹੇ ਹੋ ਤੁਸੀਂ ਤੇ ਬੇਈਮਾਨੀ ਕਰ ਰਹੇ ਹੋ ਤੇ ਫਿਰ ਤੁਹਾਡੀਆਂ ਇਹ ਜਿਹੜੀਆਂ ਦਿੱਤੀਆਂ ਹੋਈਆਂ ਦਲੀਲਾਂ ਨੇ ਇਹ ਕਿੱਥੇ ਤੱਕ ਜਾਇਜ਼ ਨੇ ਤੇ ਮੈਂ ਸਾਰੀ ਕੋਮ ਨੂੰ ਇਹ ਬੇਨਤੀ ਕਰਾਂਗਾ ਕਿ ਇਹੋ ਜੇ ਵਿਅਕਤੀ ਦਾ ਸਮਾਜਿਕ ਬਾਈ ਕਾਰਡ ਤੇ ਇਸ ਦੇ ਨਾਲ ਕੀਤਾ ਜਾਵੇ ਉਸ ਤੋਂ ਵੱਧ ਕੇ ਇਸ ਦੇ ਉੱਪਰ 295ਏ ਦਾ ਮੁਕਦਮਾ ਵੀ ਦਰਜ ਕੀਤਾ ਜਾਵੇ ਜਿਤਨਾ ਵੱਧ ਤੋਂ ਵੱਧ ਹੋ ਸਕੇ ਤਾਂ ਕਿ ਦੁਬਾਰਾ ਕੋਈ ਇਸ ਤਰ੍ਹਾਂ ਦੀ ਜੁਰਤ ਨਾ ਕਰ ਸਕੇ ਸੋ ਵੀਰ ਜੀ ਅਮਰਜੀਤ ਸਿੰਘ ਜੀ ਤੁਸੀਂ ਇਹ ਦੱਸਣ ਦੀ ਕਿਰਪਾਲਤਾ ਕਰੋ ਜਿਹੜਾ ਇਹ ਵੀਰ ਹੈ ਇਹਦਾ ਜਿਹੜਾ ਪਿੱਛੇ ਸਬੰਧ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਜੁੜਿਆ ਮਿਲਦਾ ਤੇ ਸਾਡਾ ਰਿਪੋਰਟਰ ਦਾ ਫਰਜ਼ ਹੁੰਦਾ ਹੈ ਕਿ ਸਵਾਲ ਪੁੱਛਣਾ ਵਾਹਿਗੁਰੂ ਜੀ ਸੀ ਟੱਡੀਆਂ ਵਾਲੇ ਜਿਹੜੇ ਨੇ ਉਸ ਲਾਬੀ ਵਿੱਚੋਂ ਬਹੁਤ ਆਤ ਜਿਹੜੇ ਕੁਝ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਕੈਸ ਕਤਲ ਕਰਵਾ ਕਰਵਾ ਰਹੇ ਨੇ ਇਸ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਈ ਸਾਹਿਬ ਜਿਹੜੀ ਤੁਸੀਂ ਸਵਾਲ ਪੁੱਛਿਆ ਹੈ ਉਸ ਸਵਾਲ ਦਾ ਤਾਂ ਮੈਂ ਹੀ ਜਵਾਬ ਸਮਝਾਂਗਾ ਕਿ ਜਿਸ ਇਨਸਾਨ ਨੇ ਲਾਇਬ ਹੋ ਗਏ ਸਾਨੂੰ ਚੈਲੰਜ ਕੀਤਾ ਪੂਰੀ ਸਿਕੋਮ ਨੂੰ ਇੱਕ ਕਿਸਮ ਦਾ ਸਾਡੇ ਮਨਾਂ ਨੂੰ ਨਾ ਥੇਸ ਪਹਾਈ ਉਹ ਸਭ ਤੋਂ ਪਹਿਲਾਂ ਤਾਂ ਉਹ ਆਪਣੇ ਸਿਰ ਦਾ ਕੋਈ ਹੋਰੰਗ ਕੱਟ ਕੇ ਆਪਣੀ ਅੱਖ ਕੱਢ ਕੇ ਆਪਣਾ ਹੱਥ ਵੱਢ ਕੇ ਆਪਣੀ ਲੱਤ ਵੱਢ ਕੇ ਉਹ ਪੇਸ਼ ਕਰਦਾ ਕਿ ਮੈਂ ਆਪਣੀ ਲੱਤ ਵੱਢ ਛੱਡੀ ਹੈ ਉਸ ਦਾ ਸਾਡੇ ਨਾਲ ਕੋਈ ਉਹਦਾ ਲੈਣਾ ਦੇਣਾ ਨਹੀਂ ਸੀ ਪਰ ਜਿੱਥੇ ਤੱਕ ਕੇਸਾਂ ਦੀ ਗੱਲ ਹੈ ਕੇਸ ਗੁਰੂ ਦੀ ਮੋਰ ਇਹ ਪੂਰੀ ਸਿੱਖ ਕੌਮ ਨੂੰ ਬੜੀ ਸਾਜ਼ਿਸ਼ ਦੇ ਤਹਿਤ ਇਹ ਕੋਈ ਨਾਰਮਲ ਘਟਨਾ ਨਹੀਂ ਹੈ। ਅਗਰ ਦੇਖਿਆ ਜਾਏ ਬੜੀ ਸਾਜ਼ਿਸ਼ ਦੇ ਤਹਿਤ ਉਸਨੇ ਪੂਰੀ ਸਿੱਖ ਕੌਮ ਨੂੰ ਵੰਗਾ ਰਿਆ ਹੈ, ਚੜਾਇਆ ਹੈ। ਤੇ ਮੈਂ ਤੇ ਕਹਿੰਦਾ ਅਗਰ ਇਸ ਮੁਲਕ ਵਿੱਚ ਅਮਨ ਕਾਨੂੰਨ ਹੈ ਅਗਰ ਇਸ ਮੁਲਕ ਦੇ ਵਿੱਚ ਕੋਈ ਕਾਨੂੰਨ ਦੀ ਵਿਵਸਥਾ ਹੈ ਉਸ ਨੂੰ ਕਾਨੂੰਨੀ ਕਾਰਵਾਈ ਸਭ ਤੋਂ ਪਹਿਲੇ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਕਾਨੂੰਨ ਇੱਕ ਐਸਾ ਮੁਲਕ ਦਾ ਸੰਵਿਧਾਨ ਹੈ। ਕਿ ਉਹਦੇ ਕੋਲੋਂ ਹਰ ਬੰਦਾ ਡਰਦਾ ਨਹੀਂ ਤੇ ਪਤਾ ਕਿੰਨੇ ਕ੍ਰਾਈਮ ਹੋ ਜਾਏ। ਨੰਬਰ 1। ਨੰਬਰ ਗਾ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਐ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਅੱਜ ਕੱਲ੍ਹ ਕਹਿ ਰਹੇ ਨੇ ਉਹ ਹੋਰ ਗੱਲਾਂ ਤੇ ਬੜੀਆਂ ਇੱਧਰ ਉੱਧਰ ਦੀਆਂ ਕਰਦੇ ਨੇ। ਜਿਹੜੇ ਬਾਅਦ ਦਲੀਲ ਮਤਲਬ ਕਈ ਐਸੀਆਂ ਗੱਲਾਂ ਕਰਦੇ ਨੇ ਸਾਰਾ ਖਜ਼ਾਨਾ ਹੀ ਉਹਨਾਂ ਕੋਲ ਆ ਗਿਆ ਹੈ। ਪਿਛਲੇ ਦਿਨਾਂ ਜਿਹੜਾ ਹਰਨੇਕ ਸਿੰਘ ਨੇਗੀ ਹੈ ਨਿਊਜ਼ੀਲੈਂਡ ਵਿੱਚ ਬੈਠਾ ਦਾ ਹੈ। ਉਸਨੇ ਵੀ ਇਹ ਘਟਨਾ ਕੀਤੀ ਸੀ ਆਪਣੇ ਬੱਚੇ ਨਾਲ ਕੇਸ ਕਟਾ ਕੇ ਵੰਗਾਰਿਆ ਸੀ ਇੱਕ ਕਿਸਮ ਦਾ ਇਹ ਇਹ ਕੋਈ ਘੱਲੀ ਘਟਨਾ ਨਹੀਂ ਹੈ ਇਹ ਇਹ ਮਤਲਬ ਇਹਦੇ ਚ ਇਹ ਲੱਗਦਾ ਹੈ ਕਿ ਇਹ ਜਿਹੜੀ ਇਸ ਤਰੀਕੇ ਦੇ ਲੋਕ ਇੱਕ ਪਾਸੇ ਪ੍ਰਚਾਰ ਕਰ ਰਹੇ ਹਨ ਦੂਏ ਪਾਸੇ ਉਹਨਾਂ ਦੀ ਹਮਦਰਦੀ ਪ੍ਰਗਟ ਕਰਦੇ ਹਨ ਅਰਨੇਕ ਸਿੰਘ ਵਰਗਿਆਂ ਦੀ ਅਰਨੇਕ ਸਿੰਘ ਤਾਂ ਜਦੋਂ ਉਹਦੇ ਬੱਚੇ ਦੇ ਵਾਲ ਕਟਾਏ ਤੇ ਕਹਿੰਦੇ ਹਾਂ ਕਿ ਮੈਂ ਕਟਾਤੇ ਬੜੀ ਖੁਸ਼ੀ ਜੀ ਮਨਾ ਰਿਹਾ ਸੀ ਜੀ ਜੀ ਪਰ ਜਦੋਂ ਉਹਨੇ ਉਹ ਆਪਣੇ ਉਹਦੇ ਤੇ ਉਹ ਹਮਲਾ ਹੋ ਗਿਆ ਜਿਹੜਾ ਹਮਲਾ ਕੀਤਾ ਗਿਆ ਚਲੋ ਨਹੀਂ ਸੀ ਹੋਣਾ ਚਾਹੀਦਾ ਹਮਲਾ ਹੋ ਗਿਆ ਉਸ ਤੋਂ ਬਾਅਦ ਉਹ ਕਿਉਂਕਿ ਡਾਕਟਰਾਂ ਨੇ ਉਹਦੇ ਵਾਲ ਕੱਟਦੇ ਤੇ ਉਹ ਬਾਅਦ ਚਾਨ ਕੇ ਕਹਿੰਦਾ ਮੈਨੂੰ ਬੜਾ ਦੁੱਖ ਲੱਗਾ ਮੈਨੂੰ ਵਾਲ ਕੱਟੇ ਗਏ ਨੇ ਤੇ ਫਿਰ ਲੋਕਾਂ ਨੇ ਸਵਾਲ ਕੀਤੇ ਵੀ ਜਦੋਂ ਤੂੰ ਬੱਚੇ ਦੇ ਖੁਦ ਕਟਾਏ ਤੈਨੂੰ ਉਦੋਂ ਮੈ ਯੂਸੀ ਨਹੀਂ ਹੋਈ ਤੈਨੂੰ ਦਰਦ ਨਹੀਂ ਹੋਇਆ ਦੁੱਖ ਨਹੀਂ ਹੋਇਆ ਅੱਜ ਤੈਨੂੰ ਕਿਸੇ ਗੱਲ ਦਾ ਦੁੱਖ ਹੈ ਦੇਖੋ ਭਾਈ ਇਹ ਇਹ ਤਾਂ ਦੇਖਣ ਵਾਲੀ ਗੱਲ ਹੈ ਨਾ ਕਿ ਇੱਕ ਬੰਨੇ ਉਹ ਲਾਈਵ ਹੋ ਕੇ ਅਰਨੇਕ ਸਿੰਘ ਨੇਗੀ ਨੇ ਵੀ ਇਹ ਕੰਮ ਕੀਤਾ ਸੀ ਹਾਲੇ ਕਿ ਅਸੀਂ ਉਹਨੂੰ ਇਸ ਤਰ੍ਹਾਂ ਨਜ਼ਰਾਂ ਨਾਲ ਨਹੀਂ ਦੇਖ ਰਹੇ ਕਿ ਉਹ ਉਹਦੇ ਅੰਦਰ ਸਿੱਖੀ ਹੈ ਉਹ ਭੇਖ ਸਿੱਖੀ ਦਾ ਰੱਖਣਾ ਤੇ ਸਿੱਖ ਹੋਣਾ ਇਹ ਡਿਫਰੈਂਟ ਉਹ ਹੈ ਪਰ ਉਸ ਨੂੰ ਜਿਲੇ ਆਪਣੀ ਪਰਸਨਲ ਉਸ ਉਪਰ ਅਟੈਕ ਹੋਇਆ ਡਾਕਟਰ ਨੇ ਉਹਦੇ ਕੇਸ ਕਟੇ ਜਾ ਉਹ ਕਹਿੰਦੇ ਕਹਿੰਦਾ ਮੈਨੂੰ ਦੁੱਖ ਹੋਇਆ ਤੇ ਆਪਣੇ ਬੱਚੇ ਦੇ ਕੇਸ ਜਿਹੜੇ ਉਹ ਸ਼ਰੀਆਮ ਕੱਟ ਕੇ ਸਾਨੂੰ ਪੂਰਾ ਪੂਰੀ ਕਮ ਨੂੰ ਚਿੜਾ ਰਿਹਾ ਇਹ ਕਿਹੋ ਜਿਹੇ ਲੋਕ ਹਨ ਕਿਸ ਬੋ ਜੀ ਮੰਨ ਸਕਦਾ ਔਰ ਇਹਨਾਂ ਦੇ ਪਿੱਛੇ ਕਿਹੜੇ ਲੋਕ ਹਨ ਇਹਦੇ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਨਾ ਜਿਹੜਾ ਇਹ ਅਨੂਪ ਗੜ ਵਿੱਚ ਮਸਲਾ ਹੋਇਆ ਇਸ ਦੀ ਅਗਰ ਸਹੀ ਇਨਵੈਸਟੀਗੇਸ਼ਨ ਹੋਏ ਜਦ ਸਾਡੀਆਂ ਗਵਰਨਮੈਂਟਾਂ ਕਾਨੂੰਨ ਕਾਇਦੇ ਨਾਲ ਕੰਮ ਕਰਨ ਤੇ ਇਹਦੇ ਬੜਾ ਕੁਝ ਸਾਫ਼ ਨਿਕਲ ਆਉਂਦਾ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੌਣ ਕਰਵਾ ਰਿਹਾ ਹੈ ਕੰਮ ਤੁਸੀਂ ਇੱਕ ਦਸਣ ਦੱਸਣ ਦੀ ਕਿਰਪਾਤਾ ਕਰੋ ਜਿਹੜੇ ਕੇਸ ਨੇ ਕੇਸ ਵੈਸੇ ਜੋ ਮਰਜ਼ੀ ਆਪਣੀ ਆਜ਼ਾਦੀ ਹੈ ਜੋ ਮਰਜ਼ੀ ਕੋਈ ਕੱਟੇ ਕੋਈ ਨਸ਼ਾ ਕਰੇ ਨਾ ਕਰੇ ਕੋਈ ਅਮਰ ਛਕੇ ਹਨ ਇਹ ਆਜ਼ਾਦੀ ਹੈ ਪਰ ਕੋਈ ਲਾਈਵ ਹੋ ਕੇ ਕਿਸੇ ਨੂੰ ਚੜਾ ਕੇ ਕੌਮ ਦਾ ਨਾਮ ਵਰਤ ਕੇ ਵੀ ਵਾਲ ਕੱਟੇ ਵੀ ਕਤਲ ਕਰਕੇ ਸਿੱਖਾਂ ਦੀ ਜਿਹੜੀ ਭਾਵਨਾ ਨੂੰ ਜਿਹੜੀ ਠੇਸ ਪਹੁੰਚਾਏ ਇਹ ਕਿੰਨਾ ਕੁ ਜਾਇਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਆ ਤੇ ਸਾਡੇ ਪੰਜ ਕਕਾਰ ਨੇ ਪੰਜਾਂ ਕਕਾਰਾਂ ਦੇ ਵਿੱਚੋਂ ਸਿਰ ਕੇਸ ਸਿਰਮੌਰ ਨੇ ਜੇ ਕੇਸ ਨਹੀਂ ਤੇ ਤੁਸੀਂ ਕਿਰਪਾਨ ਪਾਈ ਕੋਈ ਮਾਇਨਾ ਨਹੀਂ ਰੱਖਦਾ ਜੇ ਕੇਸ ਨਹੀਂ ਤੇ ਤੁਸੀਂ ਕੰਗਾ ਨਹੀਂ ਰੱਖ ਸਕਦੇ ਜੇ ਕੇਸ ਨਹੀਂ ਤੇ ਤੁਸੀਂ ਕੜਾ ਪਾਇਆ ਕੋਈ ਮਾਇਨਾ ਨਹੀਂ ਰੱਖਦਾ ਕਛਹਿਰਾ ਪਾਇਆ ਤਾਂ ਕੋਈ ਮਾਇਨਾ ਨਹੀਂ ਰੱਖਦਾ ਕੇਸ ਸਿਰਮੋਹਰ ਨੇ ਕਿਉਂਕਿ ਕੇਸ ਗੁਰੂ ਦੀ ਮੋਹਰ ਹੈ ਇੱਕ ਸਟੈਂਪ ਹੈ ਜਿਵੇਂ ਆਪਾਂ ਕੋਈ ਫਰਸ ਕੋਈ ਆਰਡਰ ਹੁੰਦਾ ਹੈ ਆਰਡਰ ਦੇ ਜਦ ਤੱਕ ਅਸੀਂ ਸਟੈਂਪ ਨਹੀਂ ਲਗਾਉਂਦੇ ਉਹ ਜਾਂ ਉਹ ਮਾਇਨਾ ਨਹੀਂ ਰੱਖਦਾ ਆਰਡਰ ਉਸ ਆਰਡਰ ਨੂੰ ਕੋਈ ਮੰਨੇਗਾ ਨਹੀਂ ਗਵਰਨਮੈਂਟ ਦੇ ਸਟੈਂਪ ਲੱਗਦੀ ਹੈ ਜਿਹੜਾ ਕੋਈ ਆਰਡਰ ਜੁਡੀਸ਼ੀਅਲ ਸਿਸਟਮ ਦੇ ਵਿੱਚੋਂ ਆਰਡਰ ਜਦੋਂ ਨਿਕਲਦਾ ਹੈ ਜੱਜ ਸਾਈਨ ਕਰਦਾ ਤਾਂ ਉਸ ਦੀ ਬੁਕਤ ਹੈ ਇਸੇ ਤਰ੍ਹਾਂ ਹੀ ਕੇਸ ਸਿਰਮੋਹਰ ਨੇ ਹੁਣ ਜਦੋਂ ਅਸੀਂ ਇਸ ਪੱਖ ਨੂੰ ਵੇਖਦੇ ਹਾਂ ਕਿ ਜਿਸ ਢੰਗ ਦੇ ਨਾਲ ਉਸ ਨੌਜਵਾਨ ਨੇ ਇਹ ਹਰਕਤ ਕੀਤੀ ਹੈ ਇੱਕ ਤੇ ਉਹਨੇ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਨਿੱਜੀ ਤੌਰ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਆਪਣੇ ਨਿੱਜੀ ਤੌਰ ਤੇ ਕੋਈ ਵੀ ਕਰ ਸਕਦਾ ਹੈ ਲੇਕਿਨ ਇੱਕ ਸਿੱਖੀ ਧਾਇਰੇ ਦੇ ਵਿੱਚ ਰਹਿਣ ਵਾਲਾ ਬੰਦਾ ਜਦੋਂ ਸਿੱਖੀ ਧਾਇਰੇ ਦੇ ਵਿੱਚ ਰਹਿ ਕੇ ਤੇ ਲਾਈਵ ਹੋ ਕੇ ਪ੍ਰਚਾਰਕ ਹੈ ਹੋਰ ਪ੍ਰਚਾਰਕ ਹੈ ਔਰ ਸਿੱਖੀ ਧਾਇਰੇ ਵਿੱਚ ਪ੍ਰਚਾਰਕ ਹੈ ਤੇ ਸਿੱਖ ਧਰਮ ਨੂੰ ਮੰਨਣ ਵਾਲਾ ਉਹ ਸਮਝਦਾ ਹੈ ਕਿ ਬਈ ਇਹ ਸਿੱਖ ਮੇਰੇ ਕੇਸ ਮੇਰੇ ਲਈ ਕਿੰਨੇ ਸਿਰਮੋਰ ਨੇ ਕਿੰਨੀ ਵੈਲਿਊਏਬਲ ਚੀਜ਼ ਕਿੰਨੀ ਵਾਰੀ ਲੋਕਾਂ ਨੂੰ ਕਿਹਾ ਉਹਨੇ ਕੀ ਹੋਣਾ ਹੁੰਦਾ ਜਦੋਂ ਪ੍ਰਚਾਰ ਕਰ ਰਿਹਾ ਸੀ ਕਿੰਨੇ ਵਾਰ ਕੀ ਹੋਣਾ ਕੇਸਾਂ ਦੀ ਮਹੱਤਤਾ ਦੱਸੀ ਹੋਣੀ ਲੇਕਿਨ ਜਦੋਂ ਆਪ ਉਹ ਲਾਈਵ ਹੋ ਕੇ ਕੰਮ ਕਰ ਰਿਹਾ ਤੇ ਅਸੀਂ ਸਮਝਦੇ ਹਾਂ ਕਿ ਪੂਰੇ ਸਿੱਖ ਸਮਾਜ ਦੇ ਜਿਹੜੇ ਹਿਰਦੇ ਜਿਹੜੇ ਬਲੁੰਦਰੇ ਗਏ ਨੇ ਔਰ ਇਸ ਲਈ ਕਾਨੂੰਨ ਦੇ ਵਿੱਚ ਇਹ ਉਸ ਨੂੰ ਪੂਰੀ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਐਸ ਪਰ ਜਿਹੜਾ ਲਾਅ ਹੈ ਜਦੋਂ ਤੁਸੀਂ ਕਿਸੇ ਵੀ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹੋ ਹੁਣ ਇਹ ਜਿਹੜੀ ਠੇਸ ਪਹੁੰਚਾਈ ਗਈ ਹੈ ਜਿਵੇਂ ਕੋਈ ਦੂਜੇ ਧਰਮ ਦਾ ਸਾਡੇ ਕਿਸੇ ਧਰਮ ਦੇ ਵਿੱਚ ਦਾਖਲ ਹੋ ਕੇ ਕੋਈ ਕੰਮ ਕਰਦਾ ਹੈ ਤੇ ਅਸੀਂ ਇੱਕਦਮ ਕਹਿੰਦੇ ਆ ਕਿ ਨਹੀਂ ਜੀ 295 ਲਗਾਓ ਜੀ ਇਹਨਾਂ ਨੇ ਇਸ ਤਰ੍ਹਾਂ ਕੀਤਾ ਇੱਕ ਆਪਣਾ ਸਿੱਖ ਧਰਮ ਦੇ ਗੈਂਸਟ ਚੀਜ਼ਾਂ ਕਰ ਰਹੇ ਹਨ ਲੇਕਿਨ ਇੱਕ ਬੰਦਾ ਜਿਹੜਾ ਹੈ ਸਿੱਖ ਧਰਮ ਦੇ ਵਿੱਚ ਉਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਸਨੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਉਸਨੇ ਦੂਜੇ ਕਿਸੇ ਧਰਮ ਤੋਂ ਜ਼ਿਆਦਾ ਭਾਵਨਾਵਾਂ ਨੂੰ ਠੇਸ ਪਹੁੰਚਾਈ ਕਿਉਂਕਿ ਇਸੇ ਧਰਮ ਨਾਲ ਸੰਬੰਧਤ ਸੀ ਉਹ ਇਸ ਲਈ ਇਹ ਸਾਡੀ ਪੂਰਜ਼ੋਰ ਮੰਗ ਹੈ ਔਰ ਖਾਸ ਕਰਕੇ ਅਸੀਂ ਜਿਹੜੀਆਂ ਸਾਡੀਆਂ ਸਿਰਮੌਰ ਜਥੇਬੰਦੀਆਂ ਉਹਨਾਂ ਪ੍ਰਤੀ ਵੀ ਅਸੀਂ ਬੇਨਤੀ ਕਰਾਂਗੇ ਕਿ ਇਹ ਸਖਤ ਤੋਂ ਸਖਤ ਇਸ ਦਾ ਜਿਹੜਾ ਤੁਹਾਡਾ ਮਤਲਬ ਇਹ ਅਤ ਹੈ ਇਹ ਅਤ ਹੈ ਇਹ ਇਹ ਤੁਸੀਂ ਕਹੋ ਕਿ ਐਕਸਟ੍ਰੀਮ ਹੈ ਇਸ ਤੋਂ ਬਾਅਦ ਤੋਂ ਕੋਈ ਹੋਰ ਚੀਜ਼ ਹੈ ਨਹੀਂ ਹੈ ਇਸ ਤੋਂ ਬਾਅਦ ਤੁਸੀਂ ਹੋਰ ਕੋਈ ਚੀਜ਼ ਨਹੀਂ ਕਰ ਸਕਦੇ ਮਤਲਬ ਕੇਸਾਂ ਦੀ ਵਿਵਧਵੀ ਕਰਨੀ ਕੇਸ ਸ਼ਰੀਆਮ ਘਟਨੇ ਸਾਹਮਣੇ ਇਸ ਤੋਂ ਮਤਲਬ ਇਸ ਨੂੰ ਐਕਸਟ੍ਰੀਮ ਸਟੈਪ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਕੇਵਲ ਭਾਰਤ ਦੇ ਅੰਦਰ ਹੀ ਨਹੀਂ ਜਿੱਥੇ ਵੀ ਸਿੱਖ ਰਹਿ ਰਿਹਾ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਉਸ ਦਾ ਖਿਰਦਾ ਬਲੁੰਦ ਰਿਹਾ ਗਿਆ ਇਸ ਲਈ ਅਸੀਂ ਇਹ ਮੰਗ ਕਰਦੇ ਹਾਂ ਪਰਜੋ ਕਿ ਜਿਹੜੀਆਂ ਸਾਡੀਆਂ ਧਾਰਮਿਕ ਸੋ ਕਾਲਡ ਧਾਰਮਿਕ ਜਥੇਬੰਦੀਆਂ ਅੱਜ ਜਿਹੜੀਆਂ ਨੇ ਉਹ ਇਸ ਚੀਜ਼ ਦਾ ਜਿਹੜਾ ਨਹੀਂ ਲੈ ਰਹੀਆਂ ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਸਾਡੀਆਂ ਧਾਰਮਿਕ ਜਥੇਬੰਦੀਆਂ ਨੂੰ ਇੱਕ ਜੁਟ ਹੋ ਕੇ ਇਸ ਵਕਤ ਐਸੇ ਜਿਹੜੇ ਮਾਰੂ ਹਮਲੇ ਸਾਡੇ ਸਿੱਖ ਸਮਾਜ ਦੇ ਉੱਪਰ ਹੋ ਰਿਹਾ ਮਿਲ ਜੁਲ ਕੇ ਮਿਲ ਬੈਠ ਕੇ ਇਸ ਬਾਰੇ ਸਖਤ ਜਿਹੜਾ ਨਿਰਣਾ ਲੈਣਾ ਚਾਹੀਦਾ ਕੁਝ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹਰਕਤ ਬੇਹੁਦੀ ਹਰਕਤ ਨਾ ਕਰ ਸਕੇ ਤੁਸੀਂ ਕਾਨੂੰਨ ਪ੍ਰਕਿਰਿਆ ਨਾਲ ਜੁੜੇ ਹੋ ਤੁਸੀਂ ਕੋਰਟ ਵੀ ਚੱਲ ਗਏ ਹੋ ਜੀ ਜਿਹੜਾ ਬੰਦਾ ਜੁਰਮ ਕਰਦਾ ਉਹਨੂੰ ਸਜ਼ਾ ਮਿਲਦੀ ਤੇ ਜਿਹੜਾ ਜੁਰਮ ਨਾਲ ਓਕੇ ਉਹਨੂੰ ਸਪੋਰਟ ਕਰਦਾ ਉਹਨੂੰ ਵੀ ਸਜ਼ਾ ਹੁੰਦੀ ਨਾ ਉਹ ਬਰਾਬਰ ਦਾ ਹੱਕਦਾਰ ਬਰਾਬਰ ਦਾ ਹੱਕਦਾਰ ਕੋਈ ਮਰਡਰ ਕਰਦਾ ਹੈ ਮਰਡਰ ਕਰਨ ਵਾਲਾ ਜਿਹੜਾ ਹੈ ਲੇਕਿਨ ਕਾਂਸਪਰੇਸੀ ਜਿਹੜਾ ਕਰਦਾ ਹੈ ਜਿਹੜਾ ਕਾਂਸਪਰੇਟਰ ਹੈ ਉਹ ਵੀ ਉਤਨਾ ਹੀ ਦੋਸ਼ੀ ਹੈ ਇਸ ਦਾ ਭਾਵ ਹੈ ਕਿ ਅਗਰ ਇਸ ਨੇ ਕੋਈ ਕਾਂਸਪਰੇਟਰ ਹੈ ਇਸ ਦੇ ਪਿੱਛੇ ਉਹ ਵੀ ਉਤਨਾ ਹੀ ਦੋਸ਼ੀ ਹੱਕਾ ਨੂੰ ਕੋਈ ਵੀ ਇਸ ਨੂੰ ਸਪੋਰਟ ਕਰ ਸਕਦਾ ਜਿਹੜਾ ਵੀ ਸਪੋਰਟ ਕਰ ਰਿਹਾ ਹੈ ਇਸ ਦੀ ਉਹ ਮੀਨਸ ਹੈ ਕਿ ਉਹ ਕਾਂਸਪਰੇਟਰ ਹੈ ਉਹ ਕਾਂਸਪਰੇਸੀ ਰਚ ਰਿਹਾ ਸਿੱਕੇ ਧਰਮ ਦੇ ਅਗੇਂਸਟ ਔਰ ਉਹ ਵੀ ਬਰਾਬਰ ਦੇ ਹਿੱਸੇਦਾਰ ਨੇ ਉਹਨਾਂ ਨੂੰ ਵੀ ਜਿਹੜੀ ਆ ਸਖਤ ਤੋਂ ਸਖਤ ਜਿਹੜਾ ਸਜ਼ਾ ਦੇ ਮਿਲਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹਨਾਂ ਨੇ ਬੜੇ ਸੋਹਣੇ ਜਵਾਬ ਦਿੱਤੇ ਇਹਨਾਂ ਨੇ ਤਾਂ ਕਈ ਲੋਕ ਇਹ ਗੱਲ ਕਹਿੰਦੇ ਨੇ ਵੀ ਕੇਸ ਰੱਖਣੇ ਜ਼ਰੂਰੀ ਨਹੀਂ ਸਿੱਖ ਦਾ ਆਤਮ ਪੱਧਰ ਜਿਹੜਾ ਉਹ ਉੱਚਾ ਹੋਣਾ ਚਾਹੀਦਾ ਹੈ ਸਿਆਣਾ ਹੋਣਾ ਚਾਹੀਦਾ ਹੈ ਫਿਰ ਉਹਨਾਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਇਹ ਹੈ ਗੁਰੂ ਨਾਨਕ ਸਾਹਿਬ ਨੇ ਕੇਸ ਰੱਖੇ ਸਨ ਜਿੰਨਾ ਗਿਆਨ ਗੁਰੂ ਸਾਹਿਬ ਕੋਲ 10 ਗੁਰੂ ਸਾਹਿਬਾਂ ਕੋਲ ਸੀ ਇੰਨਾ ਗਿਆਨ ਕਿਸੇ ਕੋਲ ਨਹੀਂ ਸੀ ਉਹਨਾਂ ਨੇ ਕੋ ਜਿੱਥੇ ਇਹ ਰੱਬੀ ਗਿਆਨ ਸੀ ਉੱਥੇ ਕੇਸ ਵੀ ਨਾ ਰੱਖੇ ਸਨ ਕੇਸ ਸ਼ੁਰੂ ਤੋਂ ਗੁਰੂ ਨਾਨਕ ਸਾਹਿਬ ਤੋਂ ਨਾਲ ਚੱਲਦੇ ਆ ਰਹੇ ਨੇ ਤੇ ਇਸ ਕਰਕੇ ਸਾਨੂੰ ਢਹਿੰਦੀ ਗਲਾਂ ਦੇ ਪਾਸੇ ਨਹੀਂ ਜਾਣਾ ਚਾਹੀਦਾ ਆ ਸਾਨੂੰ ਜਿੱਥੇ ਸਾਨੂੰ ਅਸੀਂ ਸਰੀਰ ਨਾਲ ਪਿਆਰ ਕਰਦੇ ਹਾਂ ਉਹਨੇ ਅਸੀਂ ਕੇਸ ਜਿਹੜਾ ਸਾਡੇ ਸਿਰ ਤੇ ਸਿਰ ਤੇ ਦਸਤਾਰ ਸਿਰ ਤੇ ਨਹੀਂ ਦਾੜੀ ਤੇ ਨਹੀਂ ਮੁੱਛਾਂ ਤੇ ਨਹੀਂ ਉਹਨਾਂ ਹੀ ਪਿਆਰ ਕਰਦੇ ਹਾਂ ਇਸੇ ਕੇਸਾਂ ਦੇ ਮੁੱਦੇ ਨੂੰ ਅੱਗੇ ਹੋਰ ਵੀਰਾਂ ਨਾਲ ਸਾਹਮਣੇ ਕਰਾਂਗੇ ਉਹਨਾਂ ਕੋ ਜਵਾਬ ਮੰਗਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ